ਸਿੱਧੂ ਮੂਸੇਵਾਲਾ ਨੇ ਹਾਲ ਹੀ ਦੇ ਵਿੱਚ ਸਾਨੂੰ ਇੰਟਰਵਿਊ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹ ਮੇਰੇ ਤੋਂ 20-22 ਸਾਲ ਵੱਡੇ ਨੇ ਮਾਨ ਸਾਹਿਬ ਔਰ ਬਹੁਤ ਤੁਹਾਡੀ ਰਿਸਪੈਕਟ ਕਰਦੇ ਨੇ, ਇਸ ਬਾਰੇ ਤੁਹਾਡੇ ਕੀ ਵਿਚਾਰ? ਸਾਰਿਆਂ ਨੂੰ ਪਿਆਰ ਕਰਦਾ, ਕੋਈ ਸਭ ਚੰਗੇ ਆ, ਮੈਥੋਂ ਤਾਂ ਸਾਰੇ ਚੰਗੇ ਆ। ਤੋ ਜਿਹੜਾ ਵੀ ਜਿਸ ਤਰੀਕੇ ਨਾਲ ਜਿਹਨੂੰ ਵੀ ਲੋਕ ਪਿਆਰ ਕਰਦੇ ਆ ਤਾਂ ਅੱਛੀ ਗੱਲ ਹੈ। ਦੇਖੋ ਇਹ ਰੁਜ਼ਗਾਰ ਵੀ ਹੈ, ਮੈਂ ਸਰਕਾਰ 'ਤੇ ਬੋਝ ਨਹੀਂ ਮੈਂ ਗਾਉਂਦਾ, ਮੈਂ ਆਪਣਾ ਕਿੱਤਾ ਤੋੜ ਲਿਆ। ਆਪਾਂ ਇੰਡਸਟਰੀਸ ਨੂੰ ਇੰਨੇ ਪੈਸੇ ਦਿੰਦੇ ਹਾਂ ਵੀ ਆ ਕੇ ਫੈਕਟਰੀ ਲਾ, ਰੁਜ਼ਗਾਰ ਦੇ, ਤਾਂ ਜਦੋਂ ਕੋਈ ਗਾਉਂਦਾ ਜਾਂ ਕੋਈ ਲਿਖਦਾ ਜਾਂ ਉਹਦਾ ਆਪਣਾ ਸਵੈ ਕਿੱਤਾ ਹੋ ਗਿਆ। ਸੋ ਮੈਨੂੰ ਲੱਗਦੀ ਹੈ ਸਰਕਾਰ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਜਿਹੜੇ ਨਵੀਂ ਜਨਰੇਸ਼ਨ ਆਪ ਇਸ ਕਿੱਤੇ 'ਚ ਆ ਰਹੀ ਹੈ, ਉਹਨਾਂ ਦੀ ਸਪੋਰਟ ਕਰੋ ਸਾਰਿਆਂ ਦੀ। ਸੋ ਅਸੀਂ ਜੇਕਰ ਗੱਲ ਕਰੀਏ ਕਿ ਤੁਸੀਂ ਕਿਹਾ ਸੀਗਾ 2 ਸਾਲ ਬਾਅਦ ਮੈਂ ਆਪਣੀ ਚੁੱਪੀ ਤੋੜਨੀ ਹੈ, ਕਿਸ ਗੱਲ ਨੂੰ ਲੈ ਕੇ ਚੁੱਪੀ ਤੋੜ ਗਏ? ਦੇਖੋ ਅਖਬਾਰ ਵਾਲਾ, ਤੁਸੀਂ ਤੁਹਾਨੂੰ ਸਵਾਦ ਪੈ ਗਿਆ ਗੱਲਾਂ ਦਾ, ਤੁਹਾਨੂੰ ਕੰਟਰੋਵਰਸੀ ਚਾਹੀਦੀ ਹੈ, ਮੈਂ ਇਹਦੇ 'ਚ ਰਹਿਣ ਵਾਲਾ ਬੰਦਾ ਹੈ ਨਹੀਂ। ਚੁੱਪੀ ਤਾਂ ਦੇਖੋ ਮੇਰਾ, ਮੈਂ ਅਸਲ 'ਚ ਨਾ ਆਪਣੇ ਆਪ ਨੂੰ ਮੋੜ ਲਿਆ ਡੁੱਬਦੀ, ਤੁਸੀਂ ਕਹਤੇ ਇਹ ਕਿਉਂ